ਕੀ ਨਾਮ ਹੈ ਜੀ ਤੁਹਾਡਾ ਨਰਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਏ ਹੋ ਪੀਆਰ ਕੀ ਸਮੱਸਿਆ ਸੀ ਤੁਹਾਨੂੰ ਕਮਰ ਚ ਪੇਨ ਸੀਗਾ ਗਰਦਨ ਚ ਲੱਤ ਚ ਆਉਂਦਾ ਸੀ ਕਮਰ ਚ ਇੱਕ ਸਾਈਡ ਚ ਸਾਰੀ ਚੀਜ਼ ਹੱਥਾਂ ਪੈਰਾਂ ਚ ਸੁਣਨਾ ਪਾ ਸਿਰ ਚ ਵੀ ਦਰਦ ਸੀ ਕਿੱਥੇ ਕਿੱਥੇ ਇਲਾਜ ਕਰਵਾਇਆ ਤੁਸੀਂ ਇਲਾਜ ਤਾਂ ਬਹੁਤ ਕਰਵਾਇਆ ਮੰਨ ਵਾਲਿਆਂ ਤੋਂ ਵੀ ਤੇ ਡਾਕਟਰੀ ਇਲਾਜ ਵੀ ਕਿੰਨੇ ਸਾਲਾਂ ਤੋਂ ਕਰਵਾ ਰਹੇ ਹੋ ਦੋ ਤਿੰਨ ਸਾਲਾਂ ਤੋਂ ਕਰਵਾ ਰਹੇ ਵੈਸੇ ਪੇਨ ਤਾਂ ਹੋ ਚੱਲਿਆ ਪੰਦਰਾਂ ਵੀਹ ਸਾਲ ਪੰਦਰਾਂ ਵੀਹ ਸਾਲ ਤੋਂ ਹਾਂਜੀ ਡਾਕਟਰ ਸਾਹਿਬ ਦਾ ਤੁਹਾਨੂੰ ਕਿੰਨੇ ਦੱਸਿਆ ਸਾਨੂੰ ਸਾਡੇ ਸਿਸਟਰ ਹੀ ਲੱਗਦੇ ਆ ਉਹਨਾਂ ਨੇ ਦੱਸਿਆ ਸੀਗਾ ਹੁਣ ਤੁਹਾਨੂੰ ਪਹਿਲੀ ਸਿਟਿੰਗ ਤੋਂ ਬਾਅਦ ਕਿਸੇ ਟਾਈਪ ਦਾ ਕੋਈ ਦਰਦ ਹੈਗਾ ਬਾਡੀ ਚ ਹੁਣ ਠੀਕ ਮਹਿਸੂਸ ਹੁੰਦਾ ਠੀਕ ਹੈ ਡਿਸਕ ਦਾ ਕੋਈ ਦਰਦ ਲੱਤ ਜਾ ਰਿਹਾ ਇਸ ਟਾਈਮ ਤੇ ਨਹੀਂ ਜੀ ਕੋਈ ਗਰਦਨ ਚ ਜਾਂ ਬਾਂਹ ਚ ਦਰਦ ਜਾ ਰਹੀ ਹੈ ਨਹੀਂ ਜੀ ਠੀਕ ਹੈ ਦੂਸਰੇ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਸਰਵਾਈਕਲ ਦੀ ਜਾਂ ਡਿਸਕ ਦੀ ਜਾਂ ਮਾਈਗ੍ਰੇਨ ਦੀ ਦਿੱਕਤ ਹੈਗੀ ਹੈ ਉਹ ਮਰੀਜ਼ਾਂ ਨੂੰ ਡਾਕਟਰ ਸਾਹਿਬ ਦੀ ਥੈਰੇਪੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਵਾਂਗੇ ਉੱਥੇ ਜਾਓ ਵੀ ਠੀਕ ਹੈ ਸਾਨੂੰ ਬਹੁਤ ਜ਼ਿਆਦਾ ਠੀਕ ਵਿਰਾਮ ਮਿਲਿਆ ਬੋਡੀ ਨੂੰ ਤੁਸੀਂ ਉੱਥੇ ਦਿਖਾ ਕੇ ਉੱਥੇ ਕਰਵਾ ਕੀ ਤੁਹਾਨੂੰ ਕਿਸੇ ਟਾਈਪ ਦੇ ਕੋਈ ਨਸ਼ੇ ਦੀ ਗੋਲੀ ਜਾਂ ਟੀਕਾ ਲਗਾਇਆ ਗਿਆ ਨਹੀਂ ਜੀ ਕੀ ਤੁਸੀਂ ਫੁੱਲੀ ਸੈਟੀਸਫਾਈਡ ਹੋ ਹਾਂਜੀ